ਕੋਈ ਵਿਅਕਤੀ ਸਾਰਾ ਦਿਨ ਤੇ ਅੱਧੀ ਰਾਤ ਤੱਕ ਕੰਪਨੀ ਦਾ ਕੰਮ ਕਰਦਾ ਥੱਕ ਜਾਂਦਾ ਸੀ ਤੇ ਡਾਕਟਰ ਕੋਲ ਗਿਆ ਡਾਕਟਰ ਨੇ ਦੱਸਿਆ ਵੀ ਥਕਾਵਟ ਦਾ ਇਲਾਜ ਹੈ ਕਿ ਹਰ ਰੋਜ਼ ਸਵੇਰੇ ਸ਼ਾਮ 1 ਘੰਟਾ ਸੈਰ ਕਰਿਆ ਕਰੋ ਜੇ ਨਹੀਂ ਕਰ ਸਕਦੇ ਹਰ ਐਤਵਾਰ ਅੱਧਾ ਦਿਨ ਕਬਰਿਸਤਾਨ 'ਚ گزارਿਆ ਕਰੋ ਉੱਥੇ ਲੱਗੇ ਪੱਥਰਾਂ ਦੀ ਇਬਾਰਤ ਪੜੋ ਹਰੇਕ ਪੱਥਰ ਤੇ ਜਨਮ ਤੇ ਮਰਨ ਦੀ ਮਿਤੀ ਪੜੋ ਸੈਰ ਤਾਂ ਠੀਕ ਹੈ ਪਰ ਕਬਰਿਸਤਾਨ ਕਿਸ ਲਈ ਭੇਜ ਰਹੇ ਹੋ ਕਬਰਿਸਤਾਨ ਮੈਂ ਨਹੀਂ ਭੇਜ ਰਿਹਾ ਤੁਸੀਂ ਆਪ ਹੀ ਜਾ ਰਹੇ ਹੋ ਜਾਣ ਦੀ ਤਿਆਰੀ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਕਬਰਿਸਤਾਨ ਹਰ ਐਤਵਾਰ ਅੱਧੇ ਦਿਨ ਲਈ ਜਾਣ ਵਾਸਤੇ ਕਹਿ ਰਿਹਾ ਕਿ ਤੁਸੀਂ ਜਾਣ ਸਕੋ ਕਿ ਉੱਥੋਂ ਦੇ ਪੱਕੇ ਵਸਨੀਕ ਕੌਣ ਹਨ ਉਹ ਵੀ ਬੜੇ ਮਹੱਤਵਪੂਰਨ ਸੀ ਤੇ ਬੜਾ ਮਹੱਤਵਪੂਰਨ ਕੰਮ ਕਰਨ ਵਾਲੇ ਸੀ ਉਹ ਵੀ ਸੋਚਦੇ ਸੀ ਵੀ ਕਈ ਕੰਮ ਐ ਜਿਹੜੇ ਉਹ ਹੀ ਕਰ ਸਕਦੇ ਆ ਉਸ ਸਮੇਂ ਬਾਰੇ ਸੋਚਣਾ ਜਦੋਂ ਤੁਸੀਂ ਵੀ ਉੱਥੋਂ ਦੇ ਪੱਕੇ ਵਸਨੀਕ ਬਣ ਜਾਓਗੇ ਜੇ ਆਪਣਾ ਕੰਮ ਕਰਨ ਲਈ ਹੋਰਾਂ ਨੂੰ ਨਹੀਂ ਦਿਓਗੇ ਸਮਾਂ ਪਰਿਵਾਰ ਨਾਲ ਨਹੀਂ گزارੋਗੇ ਸੈਰ ਰਾਈ ਕੁਦਰਤ ਨਹੀਂ ਮਾਣੋਗੇ ਤਾਂ ਥੋੜੇ ਸਮੇਂ ਚ ਤੁਸੀਂ ਵੀ ਕਬਰਿਸਤਾਨ ਪਹੁੰਚ ਜਾਓਗੇ